प्यारे बच्चों गुड मॉर्निंग बच्चों सत श्री अकाल जी ਤੇ ਤੁਹਾਨੂੰ ਬੱਚਿਓ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹਨ ਪ੍ਰਮਾਤਮਾ ਕਰੇ ਤੁਸੀਂ ਤੰਦਰੁਸਤ ਰਹੋ ਸੁਰੱਖਿਤ ਰਹੋ ਕਰ ਤੇ ਆਉਂਦੇ ਸਾਲ ਨੂੰ ਤੁਸੀਂ ਬੱਚਿਓ ਇਸ ਨਵੇਂ ਸਾਲ ਦੇ ਅੰਦਰ ਆਪਾਂ ਸਾਰੇ ਫਿਰ ਦੁਬਾਰਾ ਆਪਣੇ ਸਕੂਲ ਚ ਆਈਏ ਉਵੇਂ ਹੀ ਬੱਚੇ ਸਾਰੇ ਖੁਸ਼ ਹੋਣ ਜਿਵੇਂ ਕਿ ਪਹਿਲੇ ਤੁਸੀਂ ਆਪਣੇ ਰੁਟੀਨ ਵਿੱਚ ਸੀ ਤੋ ਬੱਚਿਓ ਅੱਜ ਆਪਾਂ ਪੰਜਾਬੀ ਦੀ ਕਲਾਸ ਵਿੱਚ ਪਾਠ 13 ਜਿਹਦਾ ਨਾਂ ਹੈ ਸ਼ੇਰ ਤੇ ਚੂਹੀ ਇਹ ਇੱਕ ਕਵਿਤਾ ਹੈ ਬੱਚਿਓ ਜਾਂ ਇੱਕ ਕਹਾਣੀ ਦੀ ਤਰ੍ਹਾਂ ਕਵਿਤਾ ਨੂੰ ਦੱਸਿਆ ਗਿਆ ਹੈ ਜਿਹਦੇ ਵੀ ਦੱਸਿਆ ਗਿਆ ਹੈ ਕਿ ਕਿਵੇਂ ਸ਼ੇਰ ਅਤੇ ਚੂਹੀ ਨੇ ਕਰ ਪਲਾ ਤੇ ਹੋ ਪਲਾ ਦੇ ਦੁਆਰਾ ਦੇ ਰਾਹੀਂ ਸਿੱਖਿਆ ਦਿੱਤੀ ਹੈ ਕਿ ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ ਕੋਈ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਚੀਜ਼ ਨੂੰ ਆਪਾਂ ਛੋਟਾ ਮੰਦੇ ਹਾਂ ਉਹ ਸਾਡੇ ਲਈ ਮਦਦਗਾਰ ਸਾਬਤ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਕਹਾਣੀ ਸੁਣੀ ਵੀ ਜ਼ਰੂਰ ਹੋਏਗੀ ਸ਼ੇਰ ਤੇ ਚੂਹੇ ਦੀ ਚੂਹੀ ਨੇ ਸੁੱਤਾ ਸ਼ੇਰ ਜਗਾਇਆ ਸ਼ੇਰ ਨੂੰ ਸੀ ਬਹੁਤ ਗੁੱਸਾ ਆਇਆ ਚੂਹੀ ਕਹੇ ਮੈਂ ਅਰਜ਼ ਗੁਜਾਰਾਂ ਕਰ ਦਿਓ ਮਾਫ ਕਦੇ ਕੰਮ ਆ ਜਾਵਾਂ ਫਿਰ ਦੁਬਾਰਾ ਪੜਦੇ ਹਾਂ ਚੂਹੀ ਨੇ ਸੁਤਾ ਸ਼ੇਰ ਜਗਾਇਆ ਸ਼ੇਰ ਨੂੰ ਸੀ ਬਹੁਤ ਗੁੱਸਾ ਆਇਆ ਚੂਹੀ ਕਹੇ ਮੈਂ ਅਰਜ਼ ਗੁਜਾਰਾਂ ਕਰ ਦਿਓ ਮਾਫ ਕਦੇ ਕੰਮ ਆ ਜਾਵਾਂ ਯਾਨੀ ਕਿ ਇਹਦੇ ਵਿੱਚ ਦੱਸ ਰਿਹਾ ਹੈ ਕਿ ਸ਼ੇਰ ਕਿਵੇਂ ਇੱਕ ਦਰਖਤ ਦੇ ਥੱਲੇ ਸੁਤਾ ਪਿਆ ਸੀ ਤੇ ਚੂਹੀ ਨੇ ਆ ਕੇ ਸ਼ੇਰ ਨੂੰ ਛੇੜਿਆ ਯਾਨੀ ਕਿ ਉਹਦੇ ਉੱਪਰ ਚੜੀ ਤੇ ਸ਼ੇਰ ਨੂੰ ਜਗਾ ਦਿੱਤਾ ਤੇ شیر ਨੂੰ ਗੁੱਸਾ ਆ ਗਿਆ ਤੇ ਚੂਹੀ ਨੂੰ ਨੇ ਆਪਣੇ ਪੰਜਿਆਂ ਵਿੱਚ ਫੜ ਲਿਆ ਤੇ ਚੂਹੀ ਕਹਿਣ ਲੱਗੀ ਉਹਦੇ ਅੱਗੇ ਅਰਜ ਯਾਨੀ ਕਿ ਰਿਕੁਐਸਟ ਕਰਨ ਲੱਗੀ ਕਿ ਮੈਨੂੰ ਮਾਫ਼ ਕਰ ਦਿਓ ਹੋ ਸਕਦਾ ਮੈਂ ਕਦੇ ਤੁਹਾਡੇ ਕੰਮ ਆ ਸਕਦੀ ਹਾਂ ਤੁਹਾਡੀ ਮਦਦ ਕਰ ਸਕਦੀ ਹਾਂ شیر ਹੱਸਿਆ ਖਿੜਖੜਾ ਕੇ ਛੱਡ ਦਿੱਤਾ ਉਸ ਤਰਸ ਖਾ ਕੇ شیر ਫਸਿਆ ਸ਼ਿਕਾਰੀ ਦੇ ਜਾਲ ਦਹਾੜ ਲੰਗਾ ਹੋ ਕੇ ਬਿਹਾਰ ਫਿਰ ਸ਼ੇਰ ਚੂਹੀ ਦੀ ਗੱਲ ਸੁਣ ਕੇ ਕਿ ਵੀ ਇਹ ਛੋਟਾ ਜਿਹਾ ਜੀਵ ਮੇਰੇ ਕੀ ਕੰਮ ਆ ਸਕਦਾ ਹੈ ਉਸ ਦੀ ਗੱਲ ਤੇ ਹੱਸਣ ਲੱਗ ਪਿਆ ਔਰ ਉਸ ਨੂੰ ਤਰਸ ਖਾ ਕੇ ਛੱਡ ਦਿੱਤਾ ਲੇਕਿਨ ਇੱਕ ਦਿਨ ਕੀ ਹੋਇਆ ਕਿ ਜੰਗਲ ਵਿੱਚ ਇੱਕ ਸ਼ਿਕਾਰੀ ਆਇਆ ਉਹਨੇ ਸ਼ੇਰ ਨੂੰ ਫਸਾਉਣ ਲਈ ਇੱਕ ਜਾਲ ਫੈਲਾ ਦਿੱਤਾ ਸ਼ੇਰ ਉਹਦੇ ਵਿੱਚ ਫਸ ਗਿਆ ਬਹੁਤ ਪਰੇਸ਼ਾਨ ਹੋਇਆ ਦਹਾੜਨ ਲੱਗਾ ਬਿਹਾਲ ਹੋ ਗਿਆ ਐਨੇ ਨੂੰ ਚੂਹੀ ਉੱਥੋਂ ਲੰਘ ਰਹੀ ਸੀ ਚੂਹੀ ਨਸੀ ਨਸੀ ਆਈ ਜਾਲ ਕੱਟ ਉਸਨੂੰ ਆਜ਼ਾਦੀ ਦਿਲਾਈ ਕਿਸੇ ਨੂੰ ਛੋਟਾ ਸਮਝ ਨਾ ਧੜ ਪਾਓ ਪਲਾ ਕਰੋ ਤੇ ਪਲਾ ਹੀ ਕਰਾਓ ਹੁਣ ਚੂਹੀ ਨੇ ਸ਼ੇਰ ਦੀ ਆਵਾਜ਼ਾਂ ਸੁਨੀਆਂ ਦਹਾੜਨ ਦੀਆਂ ਕਿ ਸ਼ੇਰ ਜਾਲ ਵਿੱਚ ਫਸਿਆ ਪਿਆ ਹੈ ਉਸ ਨੇ ਸ਼ੇਰ ਦੀ ਮਦਦ ਕਰਨ ਦੀ ਸੋਚੀ ਉਸ ਨੇ ਆਪਣੇ ਦੰਦਾਂ ਦੇ ਨਾਲ ਜਾਲ ਨੂੰ ਕੱਟ ਦਿੱਤਾ ਸ਼ੇਰ ਨੂੰ ਜਾਲੂ ਚੋਂ ਬਾਹਰ ਨਿਕਲਣ 'ਚ ਮਦਦ ਕੀਤੀ ਬੱਚਿਓ ਹੁਣ ਦੇਖੋ ਛੋਟੇ ਜੀ ਚੂਹੀ ਨੇ ਕਿਵੇਂ ਸ਼ੇਰ ਦੀ ਮਦਦ ਕੀਤੀ ਭਾਵੇਂ ਉਹ ਛੋਟਾ ਜੀਵ ਸੀ ਲੇਕਿਨ ਉਸਨੇ ਕਿਵੇਂ ਸ਼ੇਰ ਦੀ ਮੁਸ਼ਕਲ ਸਮੇਂ ਵਿੱਚ ਮਦਦ ਕੀਤੀ ਬੱਚਿਓ ਸਾਨੂੰ ਕਦੇ ਵੀ ਕਿਸੇ ਨੂੰ ਛੋਟਾ ਸਮਝ ਕੇ ਤੰਗ ਨਹੀਂ ਕਰਨਾ ਚਾਹੀਦਾ ਜਾਂ ਕਿਸੇ ਨੂੰ ਲਾਚਾਰ ਦੇਖ ਕੇ ਸਾਨੂੰ ਉਹਦਾ ਨਜ਼ਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਸਾਨੂੰ ਹਮੇਸ਼ਾ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਪਲਾ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਨਾਲ ਵੀ ਕਦੀ ਸਮਾਂ ਆਨ ਤੇ ਪਲਾਹੀ ਹੋਵੇ ਬੱਚਿਓ ਤੁਸੀਂ ਇਸ ਪਾਠ ਦੇ ਦਿੱਤੇ ਗਏ ਔਖੇ ਸ਼ਬਦਾਂ ਦੇ ਅਰਥ ਲਿਖੋਗੇ ਤੇ ਕਾਪੀ ਵਿੱਚ ਜਿਹੜਾ ਕਿ ਕੰਮ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਸ ਨੂੰ ਤੁਸੀਂ ਸੋਹਣੇ-ਸੋਹਣੇ ਅੱਖਰਾਂ ਵਿੱਚ ਆਪਣੀ ਕਾਪੀ ਵਿੱਚ ਲਿਖੋਗੇ ਪਿਆਰੀ ਬੱਚਿਓ ਸਤਿ ਸ਼੍ਰੀ ਅਕਾਲ ਜੀ